ਸਪੈਸ਼ਲੀ ਮੈਂ ਹਾਂ ਸੂਰਜ ਮਹਾਰਾ ਅਰਥਕਾਸ਼ਟਰੀ ਵੀ, ਜਿਵੇਂ ਜਿਵੇਂ ਚੁਣਾਵ ਜਿਹੜੇ ਹਨ ਨੇੜੇ ਆ ਰਹੇ ਨੇ, ਉਵੇਂ ਉਵੇਂ ਹੀ ਨਵੇਂ ਨਵੇਂ ਮੁੱਦੇ ਨੇੜੇ ਆ ਰਹੇ ਨੇ, ਖੁੱਲ੍ਹ ਰਹੇ ਨੇ। ਉਵੇਂ ਹੀ ਅੱਜ ਕੱਟਰ ਸਿੰਘ ਜੀ ਜਿਹੜੇ ਹੈ ਸਾਡੇ ਨਾਲ ਜੁੜੇ ਨੇ, ਉਹ ਇੱਕ ਨਵੇਂ ਚੀਟ ਫੰਡ ਦੇ ਜਿਹੜੇ ਹੈ ਮੁੱਦੇ 'ਤੇ ਲੈ ਕੇ ਆਏ ਨੇ। ਜੀ ਸਰ, ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੁਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਸਰ, ਉਹ ਕਿਹਦੇ 'ਤੇ? ਦੇਖੋ ਬੇਟਾ, ਇਹ ਨਾ ਜਿਹੜੀ ਪੰਜਾਬ ਸਰਕਾਰ ਨੇ ਮਤਲਬ ਲੋਕਾਂ ਨਾਲ ਹੋਈ ਲੁੱਟ ਨੂੰ ਰੋਕਣਾ ਸੀ, ਜਿਹੜੇ ਲੁੱਟੇ ਗਏ ਲੋਕ ਹੈ ਉਹਨਾਂ ਦੀ ਉਹਨਾਂ ਦਾ ਘਰ ਪੂਰਾ ਕਰਨਾ ਸੀ, ਜਿਨ੍ਹਾਂ ਨੇ ਲੁੱਟਿਆ ਹੋਇਆ ਉਹਨਾਂ ਤੋਂ ਪੈਸਾ ਰਿਕਵਰ ਕਰਕੇ ਲੋਕਾਂ ਨੂੰ ਦੇਣਾ ਸੀ। ਲੇਕਿਨ ਉਹ ਪੈਸਾ ਸ਼ਾਸਨ ਅਤੇ ਪ੍ਰਸ਼ਾਸਨ ਦੇ ਲੋਕ ਰਲ ਕੇ ਹੋਰ ਲੁੱਟ ਰਹੇ ਨੇ। ਜਿਹੜਾ ਪਰਲ ਗਰੁੱਪ ਨੇ 60,000 ਕਰੋੜ ਦੀ ਠੱਗੀ ਮਾਰੀ ਪੰਜਾਬੀਆਂ ਦੇ ਨਾਲ, 30 ਲੱਖ ਲੋਕਾਂ ਦੇ ਨਾਲ ਠੱਗੀ ਮਾਰੀ। ਉਹਦੇ ਲਈ ਲੋਧਾ ਕਮਿਸ਼ਨ ਦਾ ਇੱਕ ਮੈਂਡੇਟ ਸੀ ਕਿ ਉਹ ਜਿਹੜੀਆਂ ਜ਼ਮੀਨਾਂ ਪਰਲ ਗਰੁੱਪ ਦੀਆਂ ਪ੍ਰੋਪਰਟੀਆਂ, ਉਹਨਾਂ ਨੂੰ ਵੇਚ ਕੇ ਵਕੀਲ ਮਤਲਬ ਇਨਵੈਸਟਰ ਨੂੰ ਪੈਸੇ ਵਾਪਸ ਦੇਣ। ਲੇਕਿਨ ਉਹ ਵੇਚੀਆਂ ਤਾਂ ਹੈ ਨਹੀਂ, ਮਤਲਬ ਉਹ ਜ਼ਮੀਨਾਂ ਜਿਸ ਤਰੀਕੇ ਨਾਲ ਵੇਚਣੀਆਂ ਚਾਹੀਦੀਆਂ ਸੀ, ਉੱਥੋਂ ਮਾਈਨਿੰਗ ਕਰਾਈ, ਉੱਥੇ ਖੇਤੀ ਹੋ ਰਹੀ ਹੈ, 40-40, 50-50 ਹਜ਼ਾਰ ਰੁਪਇਆ ਪਰ ਏਕੜ ਜਿਹੜਾ ਉਹਦਾ ਉੱਥੋਂ ਠੇਕਾ ਲਿਆ ਜਾ ਰਿਹਾ। ਲੇਕਿਨ ਉਹ ਪੈਸਾ ਪਤਾ ਨਹੀਂ ਕਿੱਥੇ ਜਾ ਰਿਹਾ, ਉਹ ਪੈਸਾ ਸ਼ਾਸਨ ਅਤੇ ਪ੍ਰਸ਼ਾਸਨ ਦੇ ਲੋਕਾਂ ਕੋਲੇ ਜਾ ਰਿਹਾ, ਜਿਨ੍ਹਾਂ ਦੇ ਚਿਹਰੇ ਆਪਾਂ ਨੰਗੇ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਔਰ ਵੱਡੀ ਗੱਲ ਇਹ ਹੈ ਵੀ ਮਾਨਸਾ ਦੇ ਵਿੱਚ ਤਾਂ ਪੱਕੇ ਦਰਜ ਹੋ ਗਏ ਜਿਹੜੇ ਸੇਲ ਹੋਈ ਸੀ, ਮੋਹਾਲੀ ਦੇ ਵਿੱਚ, ਜੀਰਕਪੁਰ ਦੇ ਵਿੱਚ ਪੱਕੇ ਦਰਜ ਹੋ ਗਏ। ਲੇਕਿਨ ਲੁਧਿਆਣੇ ਵਿੱਚ ਜਿਹੜੀ ਸੇਲ ਹੋ ਰਹੀ ਹੈ ਉੱਥੇ ਕੋਈ ਐਕਸ਼ਨ ਨਹੀਂ ਹੋ ਰਿਹਾ। ਲੁਧਿਆਣੇ ਦੇ ਵਿੱਚ ਵੀ ਉਸ ਜ਼ਮੀਨ ਨੂੰ ਸੁਪਰੀਮ ਕੋਰਟ ਦੇ ਬੈਨ ਦੇ ਬਾਵਜੂਦ ਸੇਲ ਕੀਤਾ ਗਿਆ। ਸੋ ਉਹਦੇ ਬਾਰੇ ਅਸੀਂ ਅੱਜ ਪੀਸੀ ਕੀਤੀ ਹੈ, ਪੰਜਾਬ ਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸਾਡਾ ਫਰਜ਼ ਹੈ, ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਜਿਹੜੀ ਕਿ ਬੇਈਮਾਨ ਸਰਕਾਰ ਹੈ, ਉਹਨੂੰ ਜਗਾਉਣ ਦੀ ਕੋਸ਼ਿਸ਼। ਸਰ, ਜਿਹੜੇ ਤੁਸੀਂ ਮਿਲ ਕੇ ਐਲੀਗੇਸ਼ਨ ਲਾ ਰਹੇ ਹੋ ਕਿ ਬੈਨ ਹੋਣ ਤੋਂ ਬਾਅਦ ਵੀ ਜਿਹੜੀ ਸੇਲ ਕੀਤੀ ਜਾ ਰਹੀ ਹੈ, ਉਹ ਕੌਣ ਸੇਲ ਕਰ ਰਿਹਾ ਹੈ, ਕਿਵੇਂ, ਮਤਲਬ ਕਿ ਪੂਰਾ ਪ੍ਰੋਸੈਸ ਜਿਹੜਾ ਹੈ, ਕਿਹੜੇ ਇਹਦੇ ਪਿੱਛੇ ਲੋਕ ਹੈ, ਉਹਦੇ ਬਾਰੇ ਸਰ ਕੁਝ ਦੱਸੋ। ਦੇਖੋ ਜੀ, ਇਹਦੀ ਵੱਡੀ ਜ਼ਿੰਮੇਵਾਰੀ ਤਾਂ ਇਹ ਹੈ ਵੀ ਇਹਨੂੰ ਡਿਪਟੀ ਕਮਿਸ਼ਨਰ ਦੱਸ ਸਕਦਾ, ਸਰਕਾਰ ਨੂੰ ਚਾਹੀਦਾ ਡਿਪਟੀ ਕਮਿਸ਼ਨਰ ਨੂੰ ਪੁੱਛਣ ਵੀ ਕਿਹਨੇ ਸੇਲ ਕੀਤੀ, ਕਿੱਥੋਂ ਕੀਤੀ ਹੈ, ਕਿਹੜੀ ਹੋਈ ਹੈ। 5 ਮਿੰਟਾਂ ਤੋਂ ਦੱਸ ਦੇਣਗੇ, ਅਤੇ ਜੇ ਨਾ ਦੱਸਣਗੇ ਫਿਰ ਅਸੀਂ ਦੱਸ ਦੇਣਗੇ। ताज़ा अपडेट्स और बड़ी खबरों के लिए सब्सक्राइब करें अर्थप्रकाश टीवी और बेल आइकन दबाना ना भूलें।